ਸਥਾਨ ਦੇ ਵਿੱਚ ਇਜ਼ਾਫਾ ਹੋ ਰਿਹਾ। ਹਾਲ ਦੇ ਵਿੱਚ ਪਠਾਨਕੋਟ ਤੋਂ ਅਸੀਂ ਹਾਲਾਤ ਸੁਣੇ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ, ਪਰ ਹੁਣ ਸਿੱਧਾ ਮੋਹਾਲੀ ਚੱਲਦੇ ਹਾਂ। ਅੱਜ ਇੱਥੇ ਸਾਡੇ ਪੱਤਰਕਾਰ ਜਤਿੰਦਰ ਸੱਭਰਵਾਲ ਸਾਡੇ ਨਾਲ ਮੌਜੂਦ ਨੇ। ਜਤਿੰਦਰ, ਕੀ ਕੁਝ ਕਹਿਣਾ ਚਾਹੁੰਦੇ ਹੋ? ਮੋਹਾਲੀ ਦੀ ਗੱਲ ਕੀਤੀ ਜਾਵੇ ਤਾਂ ਕਿਸ ਤਰੀਕੇ ਦੇ ਨਾਲ ਇੱਥੇ ਠੰਡ ਮਹਿਸੂਸ ਕੀਤੀ ਜਾ ਸਕਦੀ ਹੈ? ਦੇਖੋ ਕੁਲਜੋਤ, ਨਵਾਂ ਸਾਲ ਚੜ੍ਹਨ ਤੋਂ ਬਾਅਦ ਧੁੱਪ ਚੜ੍ਹੀ ਸੀਗੀ, ਲੋਕਾਂ ਦੇ ਚਿਹਰੇ ਖਿਲੇ ਸਨ, ਪਰ ਬਰਸਾਤ ਤੋਂ ਬਾਅਦ ਜਿਹੜੇ ਸ਼ਿਵਾਲਿਕ ਦੀ ਪਹਾੜੀਆਂ ਵਾ, ਆਪਣਾ ਸ਼ਿਮਲਾ ਹੈਗਾ, ਸੋਲਨ ਵਾਲੇ ਪਾਸੇ ਜਿਹੜੇ ਬਰਫਬਾਰੀ ਹੋਈ ਆ, ਉਸ ਤੋਂ ਬਾਅਦ ਠੰਡ ਵੱਧ ਗਈ ਆ ਔਰ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ, ਕਿਉਂਕਿ ਕੰਮ ਕਾਜੀ ਇਹ ਏਰੀਆ ਹੈਗਾ, ਜੋਬ ਤੇ ਜਾਂਦੇ ਨੇ ਲੋਕ, ਉਹ ਸਕੂਲੀ ਜਾਣ ਵਾਲੇ ਬੱਚਿਆਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਔਰ ਗੁਰਜੋਤ, ਬੀਤੀ ਕੱਲ ਇੱਕ ਮਹਿਲਾ ਦੀ ਡੈਥ ਵੀ ਹੋ ਗਈ ਆ, ਜੋ ਕਿ ਰੋਡ ਦੇ ਉੱਤੇ ਬੇਆਸਰਾ ਸੌਂਦੀ ਸੀਗੀ, ਉਹ ਠੰਡ ਲੱਗਣ ਕਰਕੇ, ਉਹ ਬਿਮਾਰ ਹਾਲਤ ਵਿੱਚ ਉਸਨੂੰ 6 ਵਜੇ ਐਡਮਿਟ ਕਰਾਉਣਾ ਪਿਆ ਸੀਗਾ ਔਰ ਠੰਡ ਲੱਗਣ ਕਰਕੇ ਉਸ ਦੀ ਮੌਤ ਹੋ ਗਈ ਆ। ਇਸ ਤੋਂ ਇਲਾਵਾ ਗੁਰਜੋਤ, ਇੱਕ ਗੱਲ ਹੋਰ ਵੱਡੀ ਆ ਕਿ ਇਹ ਜਿਹੜਾ ਮੌਸਮ ਹੁਣ ਆਇਆ ਵਾ, ਇਸ ਨਾਲ ਵਾਇਰਲ ਜਿਹੜਾ ਵਾ ਉਹ ਫੈਲ ਰਿਹਾ ਵਾ, ਵਾਇਰਲ ਨਾਲ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਆ ਹਸਪੀਟਲ ਵਿੱਚ ਔਰ ਲੋਕ ਕਾਫੀ ਬਿਮਾਰ ਹੋ ਰਹੇ ਨੇ, ਲੋਕਾਂ ਨੂੰ ਚੈਸਟ ਦੀ ਇਨਫੈਕਸ਼ਨ, ਬੁਖਾਰ, ਫੀਵਰ ਇਹੋ ਜਿਹੀਆਂ ਅਲਾਮਤਾਂ ਲੈ ਕੇ ਆਇਆ ਵਾ ਔਰ ਜਿਹੜੀ ਆ ਬਰਸਾਤ ਹੋਈ ਆ, ਉਸ ਤੋਂ ਬਾਅਦ ਠੰਡ ਦਾ ਪ੍ਰਕੋਪ ਵਧਿਆ ਵਾ, ਠੰਡੀਆਂ ਹਵਾਵਾਂ ਜਿਹੜੀਆਂ ਉਹ ਆ ਰਹੀਆਂ ਨੇ, ਕਦੀ ਧੁੱਪ ਸੂਰਜ ਚੜ੍ਹਦਾ ਹੈ, ਕਦੀ ਛਿਪ ਜਾਂਦਾ ਹੈ, ਇਸੇ ਤਰੀਕੇ ਦਾ ਅੱਖ ਵਿਚੋਲੀ ਜਿਹੜਾ ਸੂਰਜ ਕਰ ਰਿਹਾ ਵਾ ਔਰ ਕਾਫੀ ਲੋਕ ਬਜ਼ੁਰਗ ਜਿਹੜੇ ਆ ਉਹ ਬਿਮਾਰ ਹੋਏ ਨੇ ਔਰ ਕਈਆਂ ਨੂੰ ਆਪਾਂ ਹਸਪੀਟਲ ਵੀ ਕਿਹੜਾ ਮਾਰਿਆ ਸੀ, ਅਸੀਂ ਦੇਖਿਆ ਵੀ ਜਿਹੜੇ ਬਜ਼ੁਰਗ ਹੈਗੇ ਆ ਉਹ ਜ਼ਿਆਦਾ ਮਾਤਰਾ ਦੇ ਵਿੱਚ ਹਸਪੀਟਲ ਦੇ ਵਿੱਚ ਇਲਾਜ ਕਰਾਉਣ ਨੂੰ ਆ ਰਹੇ ਆ ਔਰ ਇਸ ਜਿਹੜੀ ਠੰਡ ਵਾ ਉਹਦੀ ਮਾਰ ਜਿਹੜੀ ਆ ਬਜ਼ੁਰਗਾਂ ਨੂੂੰ ਪੈ ਰਹੀ ਆ। ਬਿਲਕੁਲ ਜਤਿੰਦਰ, ਕਹਿ ਸਕਦੇ ਆ ਅਣਗਹਿਲੀ ਕੀਤੀ ਜਾਂਦੀ ਹੈ, ਸ਼ਾਇਦ ਇਸੇ ਕਰਕੇ ਬਿਮਾਰ ਹੋ ਜਾਂਦੇ ਠੰਡ ਦੇ ਵਿੱਚ, ਕਿਉਂਕਿ ਗਰਮ ਕੱਪੜਿਆਂ ਦਾ ਸਹਾਰਾ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਜਦੋਂ ਬਹੁਤ ਜ਼ਿਆਦਾ ਜ਼ਰੂਰੀ ਹੈ, ਅਗਰ ਨੌਕਰੀ ਪੇਸ਼ਾ ਲੋਕ ਨੇ ਉਹਨਾਂ ਤੋਂ ਮਜਬੂਰਨ ਨਿਕਲਣਾ ਪਏਗਾ ਘਰੋਂ ਬਾਹਰ, ਪਰ ਜਿਹੜੇ ਲੋਕਾਂ ਦਾ ਸਰਦਾ ਹੈਗਾ, ਯਾਨੀ ਕਿ ਨਹੀਂ ਵੀ ਜਾਣਗੇ ਤਾਂ ਕੋਈ ਗੱਲ ਨਹੀਂ, ਉਹਨਾਂ ਨੂੰ ਘਰ ਦੇ ਵਿੱਚ ਰਹਿਣਾ ਚਾਹੀਦਾ ਅਗਰ ਬਹੁਤ ਜ਼ਿਆਦਾ ਠੰਡ ਪੈ ਰਹੀ ਉਸ ਵੇਲੇ, ਕਿਉਂਕਿ ਹੁਣ ਜਿਹੜੀ ਹੈ ਉਹੀ ਠੰਡ ਦੁਬਾਰਾ ਤੋਂ ਸ਼ੁਰੂ ਹੋ ਚੁੱਕੀ ਹੈ, ਮਹਿਸੂਸ ਕੀਤੀ ਜਾ ਸਕਦੀ ਹੈ ਜਿਸ ਤਰੀਕੇ ਦੇ ਨਾਲ ਸਰੀਰ ਔਰ ਹੱਥ ਪੈਰ ਠਰਨੇ ਸ਼ੁਰੂ ਹੋ ਚੁੱਕੇ ਨੇ। ਬਿਲਕੁਲ ਤੁਸੀਂ ਠੀਕ ਹੈ ਗੁਰਜੋਤ, ਪਹਿਲਾਂ ਜਿਹੜੀ ਠੰਡ ਸੀਗੀ ਉਹ ਜਦੋਂ ਕਾਫੀ ਕੋਹਰੇ ਦਾ ਕਹਿਰ ਪਹਿਲਾਂ ਕਿਹਾ ਜਾ ਸਕਦਾ ਸੀਗਾ ਵੀ ਉਸ ਤੋਂ ਲੋਕ ਪਰੇਸ਼ਾਨ ਸਨ, ਐਕਸੀਡੈਂਟ ਹੋ ਰਹੇ ਸਨ, ਧੁੰਦਾਂ ਪੈ ਰਹੀਆਂ ਸਨ, ਪਰ ਹੁਣ ਅੱਜ ਦੀ ਡੇਟ ਚ ਦੇਖਿਆ ਜਾਵੇ ਵੀ ਇੱਕ ਮਿੰਨੀ ਰਾਜਧਾਨੀ ਗਿਣੀ ਗਈ ਹੈ ਚੰਡੀਗੜ੍ਹ ਤੋਂ ਬਾਅਦ ਮੋਹਾਲੀ ਜਿਹੜੀ ਹੈ ਪੰਜਾਬ ਦੀ, ਕਿਉਂਕਿ ਸਾਰੇ ਦਫ਼ਤਰ ਹੋ ਰਹੇ ਆ, ਲੋਕਾਂ ਨੂੰ ਕੰਮ ਕਾਜ ਲਈ ਜਾਣਾ ਪੈਂਦਾ ਵਾ ਕਿਉਂਕਿ ਜੀਵਿਕਾ ਚਲਾਉਣੀ ਪੈਂਦੀ ਆ, ਸਰਕਾਰੀ ਨੌਕਰੀ ਆ, ਕੁਝ ਪ੍ਰਾਈਵੇਟ ਕਰਮਚਾਰੀ ਵੀ ਆ, ਪਰ ਸਰਦਾ ਨਹੀਂ ਹੈਗਾ, ਪਰ ਜਿਹੜੇ ਲੇਬਰਰ ਹੈਗੇ ਆ, ਕਿਉਂਕਿ ਸਰਕਾਰੀ ਮੁਲਾਜ਼ਮ ਤਾਂ ਛੁੱਟੀ ਲੈ ਲੈਂਦੇ ਆ, ਜਿਹੜੇ ਲੇਬਰ ਕਰਦੇ ਆ, ਡੇਲੀ ਕਮਾਉਂਦੇ ਆ, ਡੇਲੀ ਖਾਂਦੇ ਆ, ਉਹਨਾਂ ਲਈ ਬਹੁਤ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਔਰ ਉਹਨਾਂ ਨੂੰ ਠੰਡ ਵਿੱਚ ਉਹਨਾਂ ਕੋਲ ਗਰਮ ਕੱਪੜੇ ਵੀ ਨਹੀਂ ਹੈਗੇ ਔਰ ਉਹਨਾਂ ਨੂੰ ਬੜੀ ਮਜਬੂਰੀ ਵਸੇ ਆਪਣੀ ਜੀਵਿਕਾ ਚਲਾਉਣੀ ਪੈ ਰਹੀ ਆ ਔਰ ਕੰਮ ਤੇ ਜਾਣਾ ਪੈਂਦਾ ਵਾ ਔਰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ। ਪਰ ਅਸੀਂ ਕਈਆਂ ਨਾਲ ਗੱਲ ਵੀ ਕੀਤੀ, ਅਸੀਂ ਉਹਨਾਂ ਨੂੰ ਪੁੱਛਿਆ, ਹਸਪੀਟਲ ਗਏ ਸੀਗੇ ਵੀ ਤੁਸੀਂ ਕੰਮ ਤੇ ਜਾ ਕੇ ਬਿਮਾਰ ਹੋਏ ਹੋ, ਵੀ ਤੁਹਾਡਾ ਤੁਸੀਂ 1-2 ਦਿਨ ਘਰੇ ਵੀ ਬਹਿ ਸਕਦੇ ਸੀਗੇ, ਉਹਨਾਂ ਦਾ ਇਹ ਕਹਿਣਾ ਸੀ ਮਹਿੰਗਾਈ ਬਹੁਤ ਆ, ਸਾਡਾ ਘਰ ਦਾ ਗੁਜ਼ਾਰਾ ਨਹੀਂ ਚੱਲਦਾ, ਸਾਨੂੰ ਇੱਥੇ ਡਿਊਟੀ ਦੇ ਉੱਤੇ ਜਾਂ ਜਿਹੜਾ ਦਿਹਾੜੀ ਦੇ ਉੱਤੇ ਲੇਬਰ ਜਿਹੜੀ ਉਹ ਕਰਨੀ ਪੈਂਦੀ ਹੈ, ਜਿਸ ਨੂੰ ਲੈ ਕੇ ਲੋਕ ਬਿਮਾਰ ਹੋ ਰਹੇ ਨੇ। ਜੀ ਕੁਲਜੋਤ, ਨਾਲ ਜੁੜਨ ਦੇ ਲਈ ਤੇ ਸਾਰੀ ਗੱਲਬਾਤ ਕਰਨ ਦੇ ਲਈ, ਸੋ ਕੁੱਲ ਮਿਲਾ ਕੇ ਮੋਹਾਲੀ ਦੀ ਗੱਲ ਕਰੀਏ ਤਾਂ ਨੌਕਰੀ ਪੇਸ਼ਾ ਲੋਕ ਨੇ ਜਿਹਨਾਂ ਨੂੰ ਮਜਬੂਰਨ ਘਰੋਂ ਬਾਹਰ ਨਿਕਲਣਾ ਪੈਂਦਾ, ਸੋ ਠੰਡ ਜਿਹੜੀ ਹੈ ਉਹ ਕੜਾਕੇ ਦੀ ਪੈ ਰਹੀ, ਜਿਸਦਾ ਅਸਰ ਹਰ ਖੇਤਰ ਦੇ ਵਿੱਚ